अस्सलाम वालेकुम जी, मैं अपना तुहाडा वीर तुहाडा बिरा कमर जवेद हुजन डिस्ट्रिक्ट मंडी बहुद्दीन तहसील फालिया पेट्रोलिंग पोस्ट नवां लोक ते मौजूद हाँ जनाब। अक्सर तुसी वेखदे रहिंदे हो इत्थे रोड ते हर बंदा गुजरदा है, जिहड़ी नवां लोक बोहा असम दे नाल अड्डा नवां लोक उहदे नाल साडी चैक पोस्ट बनी है पंजाब हाईवे पेट्रोलिंग पोस्ट जिहड़ी जे जनाब सियाल मोड़ रोड फालिया मंडी रोड जिहदे ते मौजूद है। इत्थे जनाब महकमा हाईवे पेट्रोलिंग पोस्ट चौधरी परवेज लाई साहब ये 2004 विच ये फोर्स बनाई जिहड़ी के रोजाना दिन ब दिन कामयाब होती गई। अज माशाला ये पूरे पंजाब विच एक अपना लोहा मनवा चुकी है जिहदी वजह तो जनाब आवाम इसनों बड़ा एप्रीशिएट करती है। रोड के उत्ते अगर खुदा नखास्ता किसी बंदे नाल कोई मिसहैप हो जाता है, अल्लाह ना करे किसी बंदे नाल एक्सीडेंट हो जाता है, अल्लाह ना करे किसी ना बंदे की कोई गड्डी खराब हो जाती है, या अल्लाह ना करे किसी बंदे नाल कोई ऐसा वकूवा वारदात हो जाती है, उस दे वास्ते 24 घंटे हमा वक्त साडी पेट्रोलिंग जिहड़ी है चौकियां दे उत्ते जिहड़ा अमला मौजूद है 24 घंटे रोड के उत्ते मौजूद ने तुहाडी खिदमत वास्ते। इस साडी पेट्रोलिंग पोस्ट नवां लोक वास्ते एक होर जिहड़ा काम गवर्नमेंट कीता है जनाब, स्पैशली तौर पर साडी चौक पोस्ट नूं दो सरकारी गड्डियां दे दित्तियां गईआं जिहदे विच जिहड़े साडी बीट एरिया आई साडा सीरे पेट्रोल पंप तों लै के टल लीडर तक कम अज कम 42 किलोमीटर एरिया बनता है। अल्लाह ना करे किसी बंदे ना अगर असीं टल लीडर तों हुंदे आ उहदे नाल वारदात हो जांदी सीरे ते फिर सानूं टल लीडर तों सीरे पहुंचण दा कम अज कम 15-20 मिंट जां अद्धा घंटा जरूर चाहीदा हुंदा है। इस वास्ते गवर्नमेंट ने साडा आवाम वास्ते फैसिलिटीज बना दित्ती गई है, क्यों जे अगर जिस बंदे नाल अल्लाह ना करे किसी किस्म दा भी कोई वकूआ हो सकता है ਤੁਹਾਡੇ ਨਾਲ ਹੋ ਸਕਦਾ ਹੈ, ਹਰ ਬੰਦੇ ਨਾਲ ਹੋ ਸਕਦਾ ਹੈ, ਸਿਵਲ ਚੋਂ ਸਾਡੇ ਨਾਲ ਵੀ ਹੋ ਸਕਦਾ ਹੈ, ਉਹ ਅਸੀਂ ਆਪਣੀ ਜਨਾਬ 1-1-2-2-2-4 ਹੈਲਪ ਲਾਈਨ ਜਿਹੜੀ ਹੈ ਉਹਦੇ ਉੱਤੇ ਅਸੀਂ ਕਾਲ ਕਰਕੇ ਪੈਟਰੋਲਿੰਗ ਨੂੰ ਪੋਸਟ ਨੂੰ ਆਗਾਹ ਕਰ ਸਕਦੇ ਹਾਂ। ਅਗਰ ਕਿਸੇ ਬੰਦੇ ਨੇ ਸਾਡੀ ਪੈਟਰੋਲਿੰਗ ਪੋਸਟ ਜਿਹੜੀ ਹੈ ਨਵਾਂ ਲੋਕ ਦੇ ਬਾਰੇ ਵਿੱਚ ਨਹੀਂ ਇਲਮ ਹੈ, ਇਸ ਵਾਸਤੇ ਅਸੀਂ ਵੀਡੀਓ ਪੈਗਾਮ ਦੇ ਜ਼ਰੀਏ ਜਨਾਬ ਸਾਰਿਆਂ ਭਾਈਆਂ ਨੇ ਇਹ ਦੱਸਣਾ ਚਾਹੁੰਦੇ ਹਾਂ, ਅਗਰ ਕਿਸੇ ਬੰਦੇ ਨਾਲ ਕੋਈ ਵਕੂਆ ਜਾਂ ਮਿਸਹੈਪ ਹੋ ਜਾਂਦਾ ਹੈ ਉਹ ਬਜਾਨ ਸਾਡੇ ਨਾਲ ਹੈਲਪ ਲਾਈਨ ਤੇ ਕਾਲ ਕਰ ਸਕਦਾ ਹੈ। ਸਾਡੀ ਜਨਾਬ ਜਿਹੜੀ ਦੋਵੇਂ ਮੋਬਾਈਲਾਂ ਨੇ ਮੋਬਾਈਲ 1 ਤੇ ਮੋਬਾਈਲ 2 ਸਿਰੇ ਤੋਂ ਲੈ ਕੇ ਟੈਲੀ ਅੱਡ ਤੱਕ 24 ਘੰਟੇ ਇਨਸ਼ਾਅੱਲਾ ਰੋਡ ਦੇ ਉੱਤੇ ਤੁਹਾਡੀ ਖਿਦਮਤ ਵਾਸਤੇ ਮੌਜੂਦ ਹੋ ਸੀ। ਦੂਜੀ ਜਨਾਬ ਸਾਡੀ ਪੈਟਰੋਲਿੰਗ ਪੋਸਟ ਵਾਸਤੇ ਜਿਹੜਾ ਨਵਾਂ ਲੋਕ ਵਾਸਤੇ ਅਮਲਾ ਨਵਾਂ ਭੇਜ ਦਿੱਤਾ ਗਿਆ, ਕਿਉਂ ਜੇ ਦੋ ਗੱਡੀਆਂ ਦੇ ਉੱਤੇ ਅਗਰ ਅਮਲਾ ਜਿਹੜਾ ਅੱਗੇ ਇੱਕ ਗੱਡੀ ਵਾਸਤੇ ਅਮਲਾ ਹੀ ਹੋਣਾ ਨਾ, ਦੋ ਗੱਡੀਆਂ ਵਾਸਤੇ ਭੇਜ ਦਿੱਤਾ। ਉਹਨਾਂ ਨਾਲ ਮੁੜੇ ਨੇ ਸਾਡੇ ਬਿਲਕੁਲ ਜਨਾਬ ਨਵੀਂ ਨਵੀਂ ਟ੍ਰੇਨਿੰਗ ਕਰਕੇ ਆਏ ਨੇ, ਉਹਨਾਂ ਨਾਲ ਮਜ਼ੀਦ ਤੁਹਾਡਾ ਟੈਰੋ ਵੀ ਕਰਾਉਂਦੇ ਹਾਂ, ਉਹਨਾਂ ਕੋਲ ਪੁੱਛਦੇ ਹਾਂ ਵੀ ਤੁਸੀਂ ਅਗਰ ਜੈਨ ਕੀਤੀ ਪੈਟਰੋਲਿੰਗ ਪੋਸਟ ਤੁਸੀਂ ਇਹਦੇ ਬਾਰੇ ਕੀ ਖਿਆਲ ਰੱਖਦੇ ਹੋ? ਅਸਲਾਮ ਵਾਲੇਕਮ ਜੀ। ਵਾਲੇਕਮ ਸਲਾਮ, ਕੀ ਹਾਲ ਹੈ ਜਨਾਬ? ਠੀਕ ਹੋ? ਅਲਹਮਦੁਲਿਲਾ ਸਰ। ਬਾਈ ਜਾਨ ਆਪ ਸਭ ਤੋਂ ਪਹਿਲਾਂ ਤੁਸੀਂ ਆਪਣਾ ਤਾਰਫ ਕਰਾਓ, ਤੁਹਾਡਾ ਨਾਂ ਕੀ ਜਨਾਬ? ਮੁਹੰਮਦ ਉਸਮਾਨ, ਪਿੰਡ ਦਾ ਨਾਂ ਜਨਾਬ ਮੂਸਾ ਕਲਾਂ ਹੈ ਤੇ ਪੀਐਸਪੀ ਪੈਟਰੋਲਿੰਗ ਪੋਸਟ ਨਵਾਂ ਲੋਕ ਤੇ ਜੁਆਇਨਿੰਗ ਕੀਤੀ ਹੈ। ਤਾਲੀਮ ਕਿਤਨੀ ਜਨਾਬ ਦੀ? ਸਰ ਤਾਲੀਮ ਐਮਏ ਉਰਦੂ। ਐਮਏ ਉਰਦੂ, ਮਾਸ਼ਾਅੱਲਾ। ਤੁਸੀਂ ਇਹ ਪੈਟਰੋਲਿੰਗ ਪੋਸਟ ਜੁਆਇਨ ਕੀਤੀ ਜਨਾਬ, ਇਹ ਕੀ ਸੋਚ ਕੇ ਜੁਆਇਨ ਕੀਤੀ ਹੈ, ਲੋਕਾਂ ਦੀ ਖਿਦਮਤ ਕਰਨ ਵਾਸਤੇ ਜਾਂ ਕੀ ਰਾਇ ਰੱਖਦੇ? ਪਹਿਲੇ ਨੰਬਰ ਤੇ ਗੱਲ ਹੈ ਕਿ ਪੈਟਰੋਲਿੰਗ ਪੁਲਿਸ ਜਿਹੜੀ ਹੈ ਇਹ ਇੱਕ ਅੱਛੀ ਪੁਲਿਸ ਹੈ, ਬਾਕੀ ਪੁਲਿਸ ਦੀ ਤਰ੍ਹਾਂ ਨਹੀਂ ਹੈ, ਇਸ ਦਾ ਇੱਕ ਆਪਣਾ ਪਿਆਰ ਹੈ। ਇਸ ਦੇ ਵਿੱਚ ਕਿ ਇਸ ਦਾ ਮੋਟੋ ਹੈ ਤਵੱਜੋ, ਤਹਾਫੁਜ਼ ਔਰ ਪਿਆਰ। ਜੀ ਜਨਾਬ, ਠੀਕ ਹੋ ਗਿਆ ਸਰ। ਇਹ ਪੁਲਿਸ ਲੋਕਾਂ ਦੀ ਹੈਲਪ ਵਾਸਤੇ ਬਣਾਈ ਗਈ ਹੈ ਔਰ ਸਾਡਾ ਮਕਸਦ ਹੀ ਸਿਰਫ ਔਰ ਸਿਰਫ ਲੋਕਾਂ ਦੀ ਹੈਲਪ ਕਰਨਾ, ਜਿਸ ਵਜ੍ਹਾ ਤੋਂ ਅਸੀਂ ਪੈਟਰੋਲਿੰਗ ਪੁਲਿਸ ਜੁਆਇਨ ਕੀਤੀ ਹੈ। ਮਾਸ਼ਾਅੱਲਾ ਜੀ, ਤੁਸੀਂ ਵੇਖ ਰਹੇ ਹੋ ਜਨਾਬ ਨਾ ਹੀ ਮੂਸਾ ਪਿੰਡ ਜਨਾਬ, ਕਿਉਂ ਜੇ ਅਸੀਂ ਲੋਕਲ ਆ ਤੁਹਾਡੇ ਭਰਾ ਤੇ ਉਹਨਾਂ ਆਪਾਂ ਇਸ ਵਾਸਤੇ ਨਜ਼ਦੀਕ ਲਾ ਦਿੱਤਾ, ਕਿਉਂ ਜੇ ਸਾਡੀ 8 ਘੰਟੇ ਡਿਊਟੀ ਹੁੰਦੀ, 8 ਘੰਟੇ ਡਿਊਟੀ ਤੋਂ ਫਾਰਗ ਹੋਣ ਤੋਂ ਬਾਅਦ ਅਸੀਂ ਬਾਸਾਨੀ ਆਪਣੇ ਘਰ ਜਾ ਸਕੀਏ। ਜੀ ਜਨਾਬ, ਅਸਲਾਮ ਅਲੈਕੁਮ। ਵਾਲੇਕੁਮ ਸਲਾਮ। ਜਨਾਬ ਤੁਸੀਂ ਸਭ ਤੋਂ ਪਹਿਲਾਂ ਆਪਣਾ ਤਾਰਫ ਕਰਾਓ। ਮੁਹੰਮਦ ਆਤਿਫ ਫਰਾਮ ਤਾਰਕਾਬਾਦ। ਅੱਛਾ, ਤਾਰਕਾਬਾਦ ਦੇ ਰਹਿਸ਼ੀ ਹੋ। ਅੱਛਾ ਆਤਿਫ ਸਾਹਿਬ, ਤੁਸੀਂ ਦੱਸੋ ਪੈਟਰੋਲਿੰਗ ਜੁਆਇਨ ਕੀਤੀ, ਤੁਸੀਂ ਕੀ ਮਕਸਦ ਵਾਸਤੇ ਜੁਆਇਨ ਕੀਤੀ ਹੈ? ਇਹ ਬੇਸਿਕਲੀ ਅਦਾਰਾ ਜਿਹੜਾ ਬਣਿਆ ਨਾ ਲੋਕਾਂ ਦੇ ਫਲਾਹ ਬਹਬੂਦ ਵਾਸਤੇ। ਜੀ ਠੀਕ ਹੈ। ਲੋਕ ਮੈਕਸਿਮਮ ਜਿਹੜੇ ਵੀ ਇਨਸੀਡੈਂਟ ਹੁੰਦੇ ਨੇ ਉਹ ਰੋਡ ਤੇ ਹੁੰਦੇ ਨੇ, ਠੀਕ ਹੈ, ਹਾਈਵੇ ਤੇ ਹੁੰਦੇ ਨੇ, ਠੀਕ ਹੈ, ਤੇ ਇਨ ਪ੍ਰੋਟੈਕਟ ਕਰਨੇ ਵਾਸਤੇ ਤਾਂ ਕਿ ਕ੍ਰਿਮੀਨਲਸ ਨੂੰ ਅਸੀਂ ਪਕੜ ਸਕੀਏ। ਠੀਕ ਹੈ। ਜੀ ਜੀ, ਵੈਰੀ ਗੁੱਡ। ਇਸ ਵਾਸਤੇ ਅਸੀਂ ਇਸ ਨੂੰ ਜੁਆਇਨ ਕੀਤਾ ਹੈ ਤਾਂ ਕਿ ਲੋਕਾਂ ਦੀ ਖਿਦਮਤ ਕਰ ਸਕੀਏ। ਵੈਰੀ ਗੁੱਡ ਜੀ। ਜੀ ਮੈਂ ਆਤਿਫ ਸਾਹਿਬ ਨੇ ਸਾਡੇ ਨਾਲ ਬੜੀ ਅੱਛੀ ਗੁਫ਼ਤਗੂ ਕੀਤੀ ਨਾ,
जी अस्सलाम वालेकुम जी। वालेकुम सलाम सर। जनाब तुसी अपना तारफ कराओ सब तो पहले। मेरा नाम मोहम्मद आरफ है, नाल ही पिंड खम कला उतो दा रहण वाला। जी जनाब। फिर वक्त जरा नवा लोग पीएचपी पोस्ट पे मौजूद है। अच्छा तुसी ये जड़ी जानन की थी पेट्रोलिंग पोस्ट पुलिस, इदे बारे विच तुसा की राय रखदे हो, क्यों जान की थी तुसा? सर पेट्रोलिंग पुलिस का बेसिक मकसद जड़ा रोड दी सेफ्टी। ठीक है। इसको जितने मुसाफिर गुजर दे नो उना हर तरह दा तहफ्फुज़ फराहम करना, वो अपने सफर नु महफूज कर। वेरी गुड वेरी गुड जी। भाई ने ना जनाब बड़ी अच्छी गुफ्तगू की है, क्यों जो रोड के उत्ते अक्सर मिसाफ हर बंद ना हो सकता है, तो साड़ी पेट्रोलिंग पुलिस का शार भी यही है, तो तहफ्फुज़ प्यार, यानी कि असी आवाम ना प्यार करते हैं, आवाम का प्यार असी चाहते हैं, असी किसी बंद का कोई दुश्मनी वगैरह कोई किसी कदम साथ जाति अनाज नहीं है। जी जनाब हुण साडे नाल मौजूद ने जनाब भाई रेना, मजीद तारफ करदा ना पुछदा जनाब तुसा पटा। अस्सलाम वालेकुम जी। वालेकुम सलाम। असद साहब माशाल्लाह नेम प्लेट लगी है जनाब, असद साहब तुसी सब तो पहले अपना तारफ कराओ जी। जी मेरा नाम असद नवाज है। जी जनाब। मेरा तल्लुक मंडीवादीन दे तहसील फारिया दे गांव रड़कावाला नाल। जी जनाब। मैं हाल ही विच पंजाब हाईवे पेट्रोलिंग ज्वाइन कीती है, तकरीबन 1.5 साल हो गया। ठीक है। ते प्राइवेट विच जिस टाइम सिविल विच जिवें सुनी दाई पुलिस दे बारे या पेट्रोलिंग दे बारे। जी जी। मैं बिल्कुल ही उस तो हट के पाया महकमे। जी जी। महकमा अपने आईजी तो लै के थले कांस्टेबल तक बिल्कुल आवाम की खिदमत वास्ते, आवाम की हिफाजत वास्ते हमारा तन जड़ा है ना हर वक्त वो कुशां है जार है, और सारे जड़े लोग नु अपने घर बार अपने बीवी बच्चे उन्होंने सारा छड़ के आवाम की हिफाजत वास्ते जड़ा अपना इत्थे दुपहरी गर्मियों विच सर्दियों विच मतलब हर वक्त रोड से खलो के आवाम की हिफाजत वास्ते जड़ा ना कुर्बानी दे रहे हैं। जी जनाब। इस वक्त पंचायत है कि असी पंजाब हाईवे पेट्रोलिंग खास तौर पे बाकी सारे जितने भी महकमे हैं सारी पुलिस उन्हें अप्रीशिएट करिए, उन्होंने तावन करिए। जी जनाब। उन्होंने जड़े छोटी मोटिया कुताइया जड़ी होनी उन्होंने सानू इग्नोर करना चाहिए। जी जनाब। बाकी जड़ा महकमा बहुत अच्छा काम कर रहा है। जी जनाब। इंशाल्लाह साड़ी भी एक कोशिश है इरादा है कि असी अपनी ईमानदारी ना और पूरी सहायता लगन ला के जड़ा ना कोई रेड़के दा कोई खम्मा दा कोई हमणा दा कोई तारकाबाद दा कोई सईदे दा इंज करके, यानी कि असीं सारे लोकल हाँ, कुछ तले जिहड़े रिपीट तो बंदे गुजरदे ने अक्सर संद कई जानते हैं, असीं जिहड़ा मुड़े नवे आए उन्हां दा तारफ करवाण वास्ते इस वास्ते तुहाडे सामने वीडियो पैगाम दे जरिए तुहानूं वीडियो बना दित्ती है, क्यों जो तुहाडे असीं भरा तुहाडे दोस्त हाँ, कोई बिला झिझक डरने की या खौफ करने की या उस किसी किस्म की कोई जरूरत नहीं, अगर किसी बंदे ने साडे बारे में कोई खिदमत की जरूरत हो हमा वक्त 24 घंटे साडे नाल जाती तौर पर भी रबता कर सकता है, और साडी हेल्पलाइन 1124 उत्ते रबता करके अपनी सामने खिदमत का मौका दे सकता है। जी जनाब पेट्रोलिंग पुलिस ये जनाब 2005-2004 बनी, अल्लाह ताला इसनों कामयाबियां नाल अमकनार किया, तो बराहां दी दुआवां नाल। बिस्मिल्लाह रहमान रहीम। हुकूमते पंजाब ने बगैर हेलमेट मोटरसाइकिल सवारी पर पाबंदी लगाई। पहले हम आपको बड़ी दफा ब्रीफ करते रहे, आप भी ब्रीफ कर रहे हैं लेकिन आपने नहीं माने, अब हम आपके खिलाफ कानूनी कार्रवाई कर रहे हैं। छोटी सी कार्रवाई 2 रुपए 200 का फाइन कर रहे हैं, लेकिन पता आप फिर भी उल्टी सीधी बातें करते हैं। कोई हम आपके बेहतरी के लिए तहफ़ के लिए कर रहे हैं, हुकूमत ने आपके तहफ़ के लिए मुहिम चलाई, तो इस पर अमल दरामद करें, अपने आप को महफूज करें, अपना हेलमेट पहने, इस तरह आप अल्लाह ना करे को हादसा होता आप बच सकते हैं। ठीक हो गया सर? ठीक। बाबा जी हेलमेट सिरे ते पाओ, इस तुहाडे वास्ते खराब है काम, देखो ना पगड़ी लाओ इहनू सिरे ते पाओ, ये तुहाडे फायदे वास्ते, ये नाल टंगण वास्ते नहीं। हाँ जी हाँ जी। कि सोने लगते माशाल्लाह तुहाडी फायदा तो जिंदगी की हो जाए सी, अपने भी तुहानू फायदा हो जाए सी, लैदा अपनी जिंदगी वास्ते साडे वास्ते ना पाओ, ये तुहाडी फायदा तो तुहाडे फायदा है वास्ते बहुत ज्यादा, मक्खी मच्छर नहीं पाउंदा ना समझ आ गई गल, सारा सिस्टम बंदे ठीक रहिंदा, अपनी हो सकता कहीं इंसीडेंट हो गया तो फिर जनाब बंदे का बच जाता। ठीक है अल्लाह वास्ते। अस्सलाम वालेकुम जी। ये हाल बुजुर्ग ठीक हो रही थे कितों जो सर तुम कुछ से कहते कि जा रहे हो इस टाइम? मैं मोटरसाइकिल बंद करो फिर अच्छा अंबर शरीफ दे जी ਤੁਸੀਂ ਰਸ਼ੀ ਅੰਬਰ ਸ਼ਰੀਫ ਦੇ ਹੋ ਨਾ ਕੁਠਿਆਲਾ ਸ਼ੇਖਾਂ ਦੇ ਤੇ ਸਾਰੇ ਹੈਲਮਟ ਤੁਸੀਂ ਨਾ ਰੋਕਿਆ ਟੰਗਿਆ ਜੀ ਕੀ ਵਜ੍ਹਾ? ਸਫਰ ਬਹੁਤ ਜ਼ਿਆਦਾ ਆ ਤੇ ਇੱਥੇ ਪਿੱਛੇ ਲਾਇਆ ਤਾਰਕਮਬਾਦ ਆ। ਅੱਛਾ ਅੱਛਾ। ਗਰਮੀ ਦੀ ਵਜ੍ਹਾ ਤੋਂ ਲਾ ਕੇ ਫਿਰ ਆਇਆ।
ਠੀਕ ਹੈ ਸਰ, ਬੇਦਰਬੀ ਤਾਂ ਹੈ ਲੇਕਿਨ ਇਹ ਤੁਹਾਡੀ ਜ਼ਿੰਦਗੀ ਦੀ ਹਿਫਾਜ਼ਤ ਵਾਸਤੇ, ਇਹ ਤੁਹਾਡੇ ਫਾਇਦੇ ਵਾਸਤੇ ਨਾ ਕਿ ਸਾਡੇ ਵਾਸਤੇ। ਜੀ ਹਾਂ ਬਿਲਕੁਲ, ਇਸ ਹੈਲਮਟ ਤੋਂ ਤੁਸੀਂ ਸ਼ਫਕਤ ਕਰੋ ਸਾਡੇ ਤੇ ਵੀ, ਆਪਣੇ ਆਪ ਤੇ ਵੀ, ਖਾਸ ਤੌਰ ਤੇ ਇਹਨੂੰ ਸਿਰੇ ਤੇ ਪਹਿਨੋ। ਠੀਕ ਹੈ, ਇਹ ਪਗੜੀ ਆਪਣੀ ਜਿਹੜੀ ਅਗਲੀ ਸਾਈਡ ਤੇ ਰੱਖ ਲਓ, ਇਹ ਤੁਹਾਡੇ ਫਾਇਦੇ ਵਾਸਤੇ। ਇਹਨੂੰ ਵੇਖੋ ਨਾ, ਨਹੀਂ ਅੱਖੀ ਮੱਛਰ ਪੁੰਮਦਾ, ਨਹੀਂ ਰੇਤ ਪੁੰਮਦੀ, ਤੇ ਅੱਲਾ ਨਾ ਕਰੇ 100 ਵਾਰ ਇਨਸਾਨ ਦਾ ਵਾਧਾ ਘਾਟਾ ਵੀ ਹੋ ਸਕਦਾ। ਗਰਮੀ ਤੋਂ ਲਾਈ ਆ, ਇੱਧਰ ਪਾ ਲੈਣਾ। ਚਲੋ ਜੀ, ਇਹ ਤੁਸੀਂ ਪਾਓ ਹੈਲਮਟ, ਇਹ ਤੁਹਾਡੇ ਫਾਇਦੇ ਵਾਸਤੇ, ਇਹ ਨਾ ਕਿ ਪੁਲਿਸ ਦੇ ਡਰ ਤੋਂ ਤੁਸੀਂ ਪਾਓ। ਅਸੀਂ ਹੁਣ ਵੇਖਦੇ ਪਏ ਨਾ, ਇਹ ਜਿਹੜਾ ਬੰਦੇ ਹੈਲਮਟ ਨਹੀਂ ਇਸਤੇਮਾਲ ਕਰਦਾ ਪਿਆ ਜਾਂ ਨਹੀਂ ਪਾਉਂਦਾ ਪਿਆ, ਉਸ ਨੂੰ ਅਸੀਂ ਚਲਾਨ ਕਰ ਦਿੰਦੇ ਹਾਂ। ਜੀ ਹਾਂ, ਠੀਕ ਹੈ। ਇਸ ਚਲਾਨ ਦੇ ਡਰ ਤੋਂ ਨਹੀਂ, ਤੁਸੀਂ ਆਪਣੀ ਹਿਫਾਜ਼ਤ ਵਾਸਤੇ ਪਾਓ। ਚਲੋ ਮਾਸ਼ਾਅੱਲਾ, ਵੇਖੋ ਕਿੱਡੇ ਸੋਹਣੇ ਪਹਿਲਾਂ ਵੇਖੋ। ਚਲੋ ਅੱਲਾ ਤੁਹਾਡੀ ਹਿਫਾਜ਼ਤ ਕਰੇਗਾ। ਠੀਕ ਹੈ, ਮਿਹਰਬਾਨੀ, ਇਹਦੇ ਇਸਤੇਮਾਲ ਕਰਿਆ ਜ਼ਰੂਰ, ਨਾਲ ਲੱਗੇ ਥੋੜ੍ਹੇ ਸੋਚਾਨ ਕਰ ਲਓ। ਹੈਲਮਟ ਕਿਉਂ ਨਹੀਂ ਪਹਿਨਾ, ਕਿਉਂ ਲਟਕਾਇਆ ਹੋਗਾ? ਹੈਲਮਟ ਪਹਿਨ ਲੇਤੇ ਗਰਮੀ ਕੀ ਵਜਹ ਸਰ? ਇਹ ਗਰਮੀ ਤੋਂ ਹੈ ਲੇਕਿਨ ਗਰਮੀ ਕੇ ਬਜਾਏ ਜੀ ਆਪਕੇ ਸਰ ਕੀ ਹਿਫਾਜ਼ਤ ਕਰੇਗਾ, ਆਪਕੀ ਜ਼ਿੰਦਗੀ ਕੀ ਹਿਫਾਜ਼ਤ ਕਰੇਗਾ। ਹੈਲਮਟ ਪਹਿਨੇ, ਲਟਕਾਣੇ ਕੇ ਲੀਏ ਨਹੀਂ ਹੈ, ਯੇ ਆਪਣੇ ਆਪ ਕੇ ਲੀਏ, ਆਪਕੀ ਹਿਫਾਜ਼ਤ ਕੇ ਲੀਏ ਹੈ। ਇਸਕੋ ਪਹਿਨੇ, ਆਪ ਇਤਨੇ ਦੂਰ ਸੇ ਸਫ਼ਰ ਕਰਕੇ ਆ ਰਹੇ ਹੈਂ, ਮਾਸ਼ਾਅੱਲਾ, ਆਪ ਹੈਲਮਟ ਵੀ ਬਹੁਤ ਅੱਛਾ ਹੈ, ਮਾਸ਼ਾਅੱਲਾ, ਵੈਰੀ ਗੁੱਡ ਜੀ, ਸਰ ਸਾਹਮਣੇ। ਹਾਂ ਜੀ, ਇਹ ਕਿਤਨੇ ਖੂਬਸੂਰਤ ਵੀ ਲੱਗ ਰਹੇ ਹੈ ਆਪ, ਤੋ ਯੇ ਜ਼ਰੂਰ ਇਸਤੇਮਾਲ ਕਰੇਂ, ਯੇ ਹਮਾਰੇ ਲੀਏ ਨਹੀਂ, ਆਪਕੀ ਹਿਫਾਜ਼ਤ ਕੇ ਲੀਏ, ਇਹ ਚਾਹੇ ਵਰਨਾ ਆਪ ਤੋ ਚਲਾਨ ਵੀ ਕਰ ਦਿੰਦੇ, ਲੇਕਿਨ ਚਲਾਨ ਕੇ ਦਰ ਸੇ ਨਹੀਂ, ਆਪਣੀ ਜ਼ਿੰਦਗੀ ਕੀ ਹਿਫਾਜ਼ਤ ਕੇ ਲੀਏ ਇਸਤੇਮਾਲ ਕਰੇਂ। ਥੈਂਕ ਯੂ, ਮਿਹਰਬਾਨੀ, ਅੱਲਾ ਹਾਫਿਜ਼। ਹੁਣ ਸਾਨੂੰ ਇਜਾਜ਼ਤ ਦਿਓ, ਆਪਣੇ ਪੈਰਾਂ ਦਾ ਨਾਮ ਅੱਲਾ ਨਿਗਹਿਬਾਨ।